डिमांड कर सारे लोग मैं तकना जनाब मरी जाने नथिया गली ये वो तो तभी आओ चढ़ोई ना विजिट करो ना ऐसा ना समान ही ना एरिया इन एरिया चाहो चेक करो इतना तो भी बड़ी खूबसूरती है आउस बिल्ला मिले शैतान रजीम बिस्मिल्लाह रहमान रहीम लखा करोड़ों दुरूद सलाम हजरत मोहम्मद मुस्तफ़ा सल्लल्लाहु अलैहि वसल्लम पर तो उन्होंने

ਅਗਰ ਤੁਸੀਂ ਕੈਨੇਡਾ ਬਿੱਲੀ ਸਾਈਡ ਨਿਕਲਨੇ ਹੋ ਤਾਂ ਰਸਤੇ 'ਚ ਇੱਕ ਜਗ੍ਹਾ ਵੀ ਨਹੀਂ ਆ ਇਸ ਕੀ ਜ਼ਿਆਦਾਤਰ ਲੋਕ ਪੰਜ ਨਟਾ ਆਖਣੇ ਇਥੇ ਇਹ ਜਿਹੜੇ ਚੀੜ ਹੈ ਨਾ ਜੀ ਇਸ ਕੀ ਚੀੜ ਹੈ ਕਿ ਅਸਾਂ ਆਪਣੀ ਜ਼ੁਬਾਨ ਵਿੱਚ ਚਨਟਾ ਆਖਣੇ ਲੋਕ ਮੈਂ ਸੁਣਿਆ ਹੈ ਜੀ ਸਾਰੇ ਆਪਣੇ ਬੁੜੇ ਬੜੇ ਰੰਗ ਲੋ ਤੇ ਇਸ ਨੇ ਇਹ ਹੁਬੀ ਹੈ ਕਿ ਇਹ ਕਹੇ ਚੂ ਪੰਜ ਆ ਇਸ ਦੀ ਵਜ੍ਹਾ ਤੋਂ ਇਸ ਕੀ ਪੰਜ ਨਟਾ ਆਖਿਆ ਜਾਣਾ ਤੇ ਇਹ ਜਗ੍ਹਾ ਮਾਸ਼ਾਅੱਲਾ ਕਾਫੀ ਖੂਬਸੂਰਤ ਵੀ ਹੈ ਤੇ ਤੁਸੀਂ ਡਰੋਨ ਨੇ ਵੀ ਸ਼ਾਰਟ ਹੋਣ ਕੀ ਥਾਈਆਂ ਤੇ ਆਵਾਮ ਕੀ ਦਸਾਂ ਤੇ ਮਾਸ਼ਾਅੱਲਾ ਇਸਨੀ ਇਹ ਖੂਬੀ ਹੈ ਕਿ ਪੰਜ ਨਟ ਨੇ ਵਜਾ ਤੋਂ ਮਸ਼ਹੂਰ ਹੈ ਪੰਜ ਨਟ ਨੇ ਮਸ਼ਹੂਰ ਹੈ ਜੀ ਆਮ ਤੌਰ ਪਰ ਜਿਹੜਾ ਚੀਰ ਨਾ ਬੂਟਾ ਹੁੰਦਾ ਨਾ ਆਮ ਤੌਰ ਬੜਾ ਚੀਰ ਨਾ ਬੂਟਾ ਉਸਨੇ 21 ਤਨਾ ਹੁੰਦਾ ਜ਼ਿਆਦਾ ਤੋਂ ਜ਼ਿਆਦਾ 3 ਤਨੇ ਹੋ ਸਕਦੇ ਨਹੀਂ ਜ਼ਿਆਦਾ ਤਨੇ ਸਾਇੰਟਿਫਿਕਲੀ ਨਹੀਂ ਹੁੰਦੇ ਠੀਕ ਹੈ ਲੇਕਿਨ ਇਥੇ ਇੱਕ ਚੀੜੇ ਨੇ ਬੂਟੇ ਜੋ ਗਏ ਪੰਜ ਜਿਹੜਾ ਨਾ ਉਹ ਨਿਕਲਦੇ ਨਾ ਤਨੇ ਨਿਕਲਦੇ ਜਿਸ ਤਰ੍ਹਾਂ ਕਿ ਸਕਦੇ ਕੈਮਰਾਮੈਨ ਕਿ ਆਖਣ ਥੋੜਾ ਜਿਹਾ ਕਰੀਬ ਅੱਜ ਤੇ ਦੱਸਣ ਕਿ ਪੰਜ ਇਸਨੇ ਜੋ ਥਲਾ ਇਸਨ ਜਿਹੜਾ ਮੂੰਹ ਹੈ ਆਪਣੀ ਜ਼ੁਬਾਨੀ ਜਿਸकी ਆਖਣ ਹੈ ਉਹ ਹੀ ਕ ਹੈ ਲੇਕਿਨ ਇਹ ਪੰਜ ਬੂਟੇ ਨੇ 1 ਪੂਰੇ 5 ਬੂਟੇ ਤੇ ਇਸ وجہ ਤੋਂ ਜਿਹੜਾ ਨਾ ਇਸ ਰਖਤ ਕੀ ਖਾਸੀ ਅਹਿਮੀਅਤ ਦਿੱਤੀ ਜਾਣੀ ਹੈ ਜਨਾਬ ਤੇ ਇਹ ਜਿਹੜੀ ਜਗਾ ਨਾ ਇਸ ਕੀ ਹਿਸਟੋਰੀਕਲ ਟਰੀ ਨਾ ਦਰਜਾ ਵੀ ਦਿੱਤਾ ਗਿਆ ਤੇ ਗਵਰਨਮੈਂਟ ਇਸ ਕੀ ਰਿਜ਼ਰਵ ਕੀਤਾ ਹੋਇਆ ਤੇ ਇਹ ਜਗਾ ਵੀ ਇਸੇ ਨਾਲ ਤੋਂ ਮਸ਼ਹੂਰ ਹੈ ਤੇ ਨਬੀਲ ਸਾਹਿਬ ਮੈਨਾਂ ਇੱਕ ਦਵਾ ਕੋ ਥੋੜਾ ਜਿਹਾ ਡਰੋਨ ਨਾਲ ਵੀ ਦਾ ਜਿਉੜਾ ਆ ਹੁਣ ਜਰਾ ਕਿ ਸਹੀਂ ਤੇ ਬਸ ਡਰੋਨ ਉਡਾਣੇ ਦਾ ਮੌਕਾ ਚਾਹੀਦਾ ਹੋਣਾ ਜਿਹੜੀ ਚੰਗੀ ਜਗ੍ਹਾ ਵੈਸਾਂ ਕੋਸ਼ਿਸ਼ ਹੋਣੀ ਹੈ ਡਰੋਨ ਸ਼ਾਟ ਕੈਪਚਰ ਕੀਤੇ ਜਾਣ ਕਿਉਂਕਿ ਸਾਰਾ ਸਾਰਾ ਏਰੀਆ ਮਾਸ਼ਾਅੱਲਾ ਕੈਮਰਾਮੈਨ ਜਰਾ ਉਸ ਸਾਈਡ ਕੈਮਰਾ ਉਸਨੂੰ ਜਰਾ ਦਿਖਾਏ ਇਥੇ ਚੀੜਾਂ ਇਤਨੀਆਂ ਨੇ ਤੇ ਇਹ ਚੀਜ਼ ਨਜ਼ਾਰਾ ਤੱਕੀ ਨਾ ਸਕ ਸਰ ਸੜ ਦਿਲ ਦੇ ਇਹ ਹੀ ਗਾਣਾ ਹੋਣਾ ਕਿ ਡਰੋਨ ਨੇ ਸ਼ਾਟ ਗਿੰਦੇ ਜਾਂਦਾ ਹੈ ਇਹ ਜੇ ਜਗਾਂ ਤੱਕੀ ਤੇ ਬੜਾ ਦੇਖੋ ਜੀ ਹੁਣ ਦੱਸਨੇ ਨੇ ਡਰੋਨ ਨੇ ਸ਼ਾਟ ਤੇ ਫਿਰ ਥਾਣੇ ਜਿਹੜੇ ਮਕਾਮੀਆਂ ਨੇ ਕਸ਼ਮੀਰ ਜਿਹੜਾ ਨਾ ਕਸ਼ਮੀਰ ਨਬੀਲ ਸਾਹਿਬ ਉਸकी ਜन्नत-ਏ-ਨਜ਼ੀਰ ਆਖਿਆ ਜਾਣਾ ਉਸ ਨੇ ਖੁਦ ਵਜਾ ਚਸ਼ਮੇ ਪਾਣੀ ਨੇ ਉਸ ਦੇ ਇਲਾਵਾ ਇਹ ਜਿਹੜੇ ਦਰਖਤ ਹਨ ਯਕੀਨ ਕਰੋ ਕਿ ਬਰਤਾਨੀਆ ਜਿਹੇ ਜੈਸੇ ਮੁਲਕ ਦਾ ਸਾਡੇ ਕਾਫੀ ਪੈਣਾ ਪਾ ਰਹਿਣਾ ਹੈ ਬਰਤਾਨੀਆ ਜੈਸੇ ਮੁਲਕ ਵਿੱਚ ਜਿਹੜੀ ਹਕੂਮਤ ਹੈ ਉਹ ਆਲਮੀ ਸਥਾਪਰ ਜਿਹੜਾ ਨਾ ਬੈਨਲਕੁਆਮੀ ਸਤਾ ਪਰ ਕੋਸ਼ਿਸ਼ ਕਰੀ ਰਹੀ ਹੈ ਕਿ ਉਥੇ ਬਹੁਤ ਸਾਰੇ ਦਰਖਤ ਲਾਇਆ ਜਾਣ ਲੇਕਿਨ ਸਾਡੇ ਪਰ ਅੱਲਾਹ ਤਾਲਾ ਨੇ ਖਾਸ ਫਸਲੋ ਕਰਮ ਹੈ ਕਿ ਅਸਾਂ ਕੋਈ ਦਰਖਤ ਨਾ ਲਾਣਾ ਇਤਨੇ ਗੌਰਮੈਂਟ ਕੋਸ਼ਿਸ਼ ਕਰ ਰਹੀ ਹੈ ਲੇਕਿਨ ਮੋਸਟਲੀ ਜਿਹੜੇ ਦਰਖਤ ਹੋਣ ਨੇ ਉਹ ਆਪੋ ਹੀ ਇਥੇ ਪੈਦਾ ਹੋ ਜਾਨੇ ਸਾਗੁਰ ਸਾਹਿਬ ਮੈਂ ਤੁਸਾਈ ਥੋੜੇ ਜਿਹਾ ਮਾਲੂਮਾਤ ਜੀ ਵੀ ਜ਼ਾਫਾ ਕਰ ਸਾਂ ਮਾਸ਼ਾਅੱਲਾ ਉਹਨੇ ਪਹਿਲੇ ਤਾਂ ਅਸਾਂ ਆਪਣੇ ਏਰੀਆ ਚ ਇਹ ਜੋ ਕੁਝ ਮਾਮਲੇ ਨਾ ਸਨ ਤਕਣੇ ਕਿ ਗੌਰਮੈਂਟ ਕੋਈ ਇਕਦਮ ਕਰੀ ਰਹੀ ਹੈ ਕਿ ਸ਼ਜਰਕਾਰੀ ਨਿਮੋਹਿਮ ਕੀਤੀ ਜਾਏ

ਇਹ ਇੱਕ ਕੈਮਰਾਮੈਨ ਨੂੰ ਦੱਸਣੇ ਜਿੰਨੇ ਵੀ ਇਥੇ ਦਰਸ ਲੱਗੇ ਹੋਏ ਨੇ ਗਵਰਨਮੈਂਟ ਕੁਝ ਖੁਸ਼ੂਸੀ ਸ਼ਜਰਕਾਰੀ ਕੀਤੀ ਹੈ ਇਸਨੇ ਇਹ ਕੁਝ ਗੁਦਰਤੀ ਮੜਾ ਹਾਲ ਹੈ ਕਿ ਗੁਦਰਤੀ ਹੋ ਸੀ ਪਰ ਲੇਕਿਨ ਇਸ ਤੋਂ ਬਾਅਦ ਅਸਾਂ ਇਸਨੇ ਰਸਤੇ ਤੱਕ ਆਇਆ ਕਿ ਉਹ ਖੁਦ ਹਕੂਮਤ ਨਹੀਂ ਤਰਫੋਂ ਕੀਤੀ ਗਈ ਹੈ ਮੌਸਮ ਆਇਆ ਹੈ ਕਿ ਸ਼ਜਰਕਾਰੀ ਨਾਕਾਸੀ ਤਕਰੀਬਨ ਉਸ ਨਾਲ ਆਜ਼ੋ ਸੀ ਅਸਾਂ ਵੀ ਆਪਣੇ ਚੈਨਲ ਨੇ ਥਰੂ ਕੋਸ਼ਿਸ਼ ਕਰ ਸਕਾਂਗੇ ਸ਼ਜਰਕਾਰੀ ਕੀਤੀ ਜਾਏ ਆਪਣੇ ਇਲਾਕੇ ਵਿੱਚ ਤਮਾਮ ਬੇਨਾ ਪਰਮ ਦੀ ਰਿਕਵੈਸਟ ਹੈ ਕਿ ਆਪਣੇ ਇਲਾਕੇ ਜਿਆਦਾ ਨਹੀਂ ਤੇ ਕੋਈ ਜੇਕਰ ਦੋ ਦੋ ਦਰਖਤ ਵੀ ਫੀ ਬੰਦਾ ਲਾਈ ਉਹ ਤਾਂ ਮੈਂ ਸਮਝਣਾ ਇਹ ਜਿਹੜੀ ਗਲੋਬਲ ਵਾਰਮਿੰਗ ਹੈ ਇਸਨੇ ਵਿੱਚ ਅਸਾਂ ਗਰਮੀ ਜੋ ਕਾਫੀ ਹੱਦ ਤੱਕ ਬਚੀ ਜਾ ਸਾਬ ਸਾਹਿਬ ਸਾਬ ਇਸ ਫਿਲ ਹਕੂਮਤ ਇਤਨੇ ਇੱਕ ਕਦਮ ਕਰੀ ਰਿਹਾ ਕਿ ਤੁਸੀਂ ਇੱਕ ਜਗਾ ਸੇਫ ਜਗਾ ਪੋਦਿਆਂ ਵਾਸਤੇ ਅਗਰ ਉਸ ਨੇ ਤੁਸੀਂ ਮਤਲਬ ਕਿ ਉਹ ਨਹੀਂ ਪੌਦੇ ਨੁਕਸਾਨ ਨਹੀਂ ਹੋਣਾ ਤਾਂ ਹਕੂਮਤ ਉਸੇ ਵਾਸਤੇ ਤੁਸੀਂ ਪੌਦੇ ਆਪੂ ਲਾਈ ਕੇ ਦੇਣੀ ਕੀ ਹੈ ਤੇ ਉਸ ਨੇ ਗੱਲ ਹੈ ਕਿ ਤੁਸੀਂ ਕਿ ਦੇਖਭਾਲ ਥੋੜੀ ਬਹੁਤ ਕਰਨੀ ਪੈਣੀ ਹੈ ਕਰਨੀ ਪੈਣੀ ਹੈ ਉਸੇ ਵਾਸਤੇ ਤੁਸੀਂ ਥੋੜਾ ਬਤਾ ਖਰਚਾ ਬਰਚਾ ਵੀ ਕਰਨਾ ਪੈਣਾ ਤੁਸੀਂ ਉਹ ਜਗ੍ਹਾ ਬੰਦ ਕਰਨੀ ਪੈਣੀ ਹੈ ਸੇਫ ਕਰਨੀ ਪੈਣੀ ਹੈ ਉਹਨਾਂ ਪੌਦਿਆਂ ਵਾਸਤੇ ਤੇ ਹੁਣ ਜਰਾ ਡਰੋਨ ਨੇ ਵੀਊ ਦੱਸਨੇ ਆ ਡਰੋਨ ਨੇ ਵੀਊ ਦੱਸਨੇ ਤੇ ਫਿਰ ਕੁਝ ਮਕਾਮੀ ਬੰਦੇ ਨਾਲ ਮਿਲਣਾ ਹੈ ਜੀ Uh, इसलिए चंद टूरिस्ट मौजूद हैं इस जगह विजिट करने ना बात करें अल वाल सलाम सब तो पहले तो अपना नाम दस साफ़र नाम है बड़ा सर जी।, जी के तो तो विजिट करने, करने सार सार बड़ी प्यारी जगह बड़ा अच्छा है मीरपुर सर शरा बहुत गर्मी है लेकिन इतना माशा बड़ा अच्छा टेंपरेचर है सौर साहब उलामबाद उन्हें जगह बड़ी पसंद की बड़ा सर मज़ा आया अगर चोरी बाजारा चे बाजार ही माशाला बड़ा प्यारा है कै पैगाम देना चाहो ओवरसीज बहु लोग तकने बहरू लोग लाजमी जा विजिट करी कश्मीर की पहचान है और बहुत ही प्यारी जगह और इस दरख्त ने बारिश माशा पढ़ाया है कि दरखत ਛਾਦਿਆਂ ਬਾਤ ਕੋਈ ਇੱਕ ਉਹ ਹੈ لازمی ਇਸ ਕੀ ਤੱਕਣਾ ਚਾਹੀਦਾ ਹੈ ਇਹ ਸਾਰੇ ਇੱਕ ਸਕਾਫਤ ਨੇ ਸਭ ਬਣੀ ਗਿਆ ਇੱਕ ਤੁਸੀਂ ਜਤਨੇ ਵੀ ਅਵਰ ਸੀ ਸਾਰੇ ਕਸ਼ਮੀਰੀ ਪਹਿਨ ਪਰਾਇਨ لازمی ਇਸ ਏਰੀਆ ਨੂੰ ਵਿਜ਼ਿਟ ਕਰੋ ਸੈਕੰਡਲੀ ਆ ਕਿਥਾ ਰੋਡ ਵੀ ਮਾਸ਼ਾਅੱਲਾ ਕਾਫੀ ਬਤਨੇ ਬਸ ਥੋੜਾ ਜਿਹਾ ਇੱਕ ਅਧਾ ਕਿਲੋਮੀਟਰ ਰੋਡ ਖਰਾਬ ਹੈ ਰੋਡ ਵੀ ਤੁਸਾਂ ਦੀ ਮਾਸ਼ਾਅੱਲਾ ਕਾਫੀ ਅੱਛੀ ਹੈ بڑے ایجلی تو تھا ٹریول کردا اچھی چکنل سنل موجود ہیں اس وقت ایک اور پائورا چنڑ گل بات کر السلام علیکم سر وعلیکم السلام سب تو پہلا دوست نہ کے اور کڑی لکھنال تعلق ہے سر میرا نام وقاص محمود ہے میں میرپور ازاد کشمیر تو نال کھڑی شریف تک سنیا ہوں بڑی شریف میں رہنا اج اس آئے ہیں بیسیکلی چڑائی کے کام سے ویسے بھی پہلے بھی اوی ہیں میڈیکل یہ کام کرتے ہیں اصل ٹور وغیرہ اڑے رہے میں جناب اس سن پینچنٹا ਤੇ ਤਕਨੇ ਪੰਜ ਦਰਖਤ ਜਨਾਬ ਜੁੜੇ ਜੇ ਜਗ੍ਹਾ ਸਾਂ ਖਲੋਟੇ ਹਨ ਪੰਜ ਨਟਾ ਇਸ ਜਗ੍ਹਾ ਨਾ ਇਸਨੇ ਨਾਇਸ وجہ ਤੋਂ ਮਸ਼ਹੂਰ ਹੈ ਜੀ ਹੈ ਅੱਲਾਹ ਤਾਲਾ ਨੇ ਕੁਦਰਤ ਤੱਕ ਸਕੇ ਪੰਜ ਦਰਖਤ ਜਨਾਬ ਆਪਸ ਵਿੱਚ ਜੁੜੇ ਤੇ ਇਹ ਕਿਧਰੇ ਕਿਧਰੇ ਹੋਣੇ ਸਾਬ ਕਹਿ ਰਿਹਾ ਕਮੈਂਡ ਕਰਸੋ ਜਿਹੜੇ ਤਕਨੇ ਲੈ ਬੰਦੇ ਨੂੰ ਨਾਮਸਤ ਮੈਂ ਇੱਥੇ ਇਸ ਨਾਮ ਜਿਤਨਾ ਸਾਂ ਖਲੋਟੇ ਆ ਪੱਖਿਆਂ ਤੋਂ ਬਗੈਰ ਖਲੋਟੇ ਆ ਕੋਈ ਗਰਮੀ ਸ਼ਰਮੀ ਨਹੀਂ ਰਾਤਾ ਬਣੀਆਂ ਠੰਡੀਆਂ ਨੇ ਇੱਥੇ ਤੇ ਬੜੀ ਪਿਆਰੀ ਜਗ੍ਹਾ ਹੈ ਮੈਂ ਤੁਸیں ਇਹ ਰਿਕਮੈਂਡ ਕਰਸਾਂ ਰੋਡਾਂ ਵਗੈਰਾ ਵੀ ਬੜੀਆਂ ਬਿਹਤਰੀਨ ਬਣਾਛੜੀਆਂ ਗੌਰਮੈਂਟ ਨੇ ਤੇ ਤੁਸਾਂ ਆਓ ਵਿਜ਼ਿਟ ਕਰੋ

इस इलाके ड्रोन शार्ट दस इलाके खास तौर पर फोकस दरख्तों पर चाचा और मौजूद है अच्छे गल बात कर रहे हैं असाम जी वाईकम साम जी सब तो पहले तो अपना नाम दस तकने लियान सफीर उर्फ पप्पू ठीक है यह दसो जगह मशहूर है इन्होंने दरख्तों की वजह सारे पंच पता नहीं साल तो दसी सकने बड़ा काफ़ी सदी है असा इतना होटल रखे जनाब खाना शाना मी देने है। मी। भी देने बड़ा दूर लोग कशने हस्ते हैं इतने वास्ते भी तंजॉय करने रा भी तकरीबन सारी रात ही होटल खुला रहना और काफ़ी बन् हहने खलें कि जगह थोड़ी प्यारी है ठंडी जगह इस वजह से बड़ा दूर दूर लोग जड़ा नहीं इतने बेहतते जड़ा चा पीने खाना जूस वगैरह बोतल हर चीज देने खाने पीने जनाब माशाला माशाला जी बड़े मेहमानवा और बड़ा अच्छा खलाक है इन इतना आया जगह भी ना माशा बड़ी अच्छी तैयार की है मैं लाजमी रिकमेंड करसा कि जो कुछ इस इलाके जाओ इस जगह ना विजिट करो क्योंकि मकाम बेशमार होने सजा कश्मीर स्पेशली असर सारा आदद कश्मीर फिरने की कोशिश करने लेकिन बाद छोटी छोटी ऐसा जगह होन जिन्हें बड़ी हिस्ट्री होनी है बड़ी अच्छी उन्होंने कहमियत होनी है लेकिन अवकफ होने उम्मीद करना अभी वीडियो से पसंद आई अपना बहुत सा ख्याल रखो अभी दवा याद रखो तो इनशाला बहुत जल्दी मिलने एक नई वीडियो तब तक वैसे फीएम मानने लाला